ਬੰਦੇ ਦੇ ਜਦ ਜਾਗਦੇ ਨੇ ਰੱਬ ਆਪ ਸਬੱਬ ਬਣਾਉਂਦਾ ਹੈ, ਸੁਲਤਾਨ ਬਣਾਉਂਦਾ ਕੈਦੀਆਂ ਨੂੰ, ਦੁੱਖ ਦੇ ਕੇ ਸੁੱਖ ਦਿਖਾਉਂਦਾ ਹੈ। ਤੇਰੇ ਸੁਪਨੇ ਲੱਗਿਆ ਮੈਨੂੰ ਓੜ ਹਾਏ ਓ ਰੱਬ ਖੈਰ ਕਰੇ। ਇਹ ਗੱਲ ਦੱਸ ਮਾਸਟਰਾ, ਐਡੀ ਕਾਹਲੀ ਕਿਹੜੀ ਗੱਲ ਦੀ ਹੈ, 2 ਮਹੀਨੇ ਰੁਕ ਨਹੀਂ ਸਕਦੇ ਉਹ। ਹੁਣ ਤਾਂ 5 ਕੁ ਦਿਨ ਦੀ ਛੁੱਟੀ ਹੈਗੀ ਹੈ, ਪਰ ਹੁਣ ਦਾ ਗਿਆ ਪਤਾ ਨਹੀਂ ਕਦ ਮੁੜੇ। ਚੱਲ ਠੀਕ ਹੈ ਫਿਰ, ਬੋਲੋ ਵਾਹਿਗੁਰੂ। ਸਮਝਾ ਲਓ ਇਹਨਾਂ ਨੂੰ, 5 ਮਿੰਟਾਂ 'ਚ ਸਾਰਾ ਪਿੰਡ ਵਿਛਾ ਦੂੰਗਾ, ਮੈਂ ਪਿੱਛੋਂ ਆਹੀ ਕਰਦਾ ਆਇਆ। ਨਾੜੀ 4.3 ਮਾਈ ਐਫਐਮ ਤੋਂ ਮੈਂ ਆਰਜੀ ਗੈਰੀ, ਔਰ ਇੱਕ ਐਸੀ ਪਰਸਨੈਲਿਟੀ ਮੇਰੇ ਨਾਲ ਮੌਜੂਦ ਹੈ ਜਿਸ ਦੀਆਂ ਫਿਲਮਾਂ ਤਾਂ ਅੱਤ ਹੁੰਦੀਆਂ ਹੀ ਹੁੰਦੀਆਂ, ਲੇਕਿਨ ਉਹ ਪਰਸਨੈਲਿਟੀ ਆਪਣੇ ਆਪ ਦੇ ਵਿੱਚ ਵੀ ਅੱਤ ਹੈ, ਘੈਂਟ ਹੈ। ਮੈਂ ਗੱਲ ਕਰ ਰਿਹਾ ਨਾਨਾ ਦਰਦਾਨ ਜਿੰਮੀ ਸ਼ੇਰਗਿੱਲ ਭਾਅ ਜੀ ਦੀ। ਭਾਅ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ, ਵੈਲਕਮ ਟੂ ਮਾਈ ਐਫਐਮ। ਸਤਿ ਸ਼੍ਰੀ ਅਕਾਲ ਜੀ, ਤੁਹਾਨੂੰ ਵੀ, ਥੈਂਕ ਯੂ ਸੋ ਮਚ, ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਕੀ ਹਾਲ ਚਾਲ? ਵਧੀਆ ਜੀ, ਫਸਟ ਕਲਾਸ। ਅੱਛਾ ਭਾਅ ਜੀ, ਅਕਸਰ ਆਪਾਂ ਕਹਿੰਦੇ ਹਾਂ ਜਿੱਥੇ ਕਿਸੇ ਦਾ ਦਾਣਾ ਪਾਣੀ ਲਿਖਿਆ ਹੁੰਦਾ ਬੰਦੇ ਨੇ ਪਹੁੰਚਣਾ ਉੱਥੇ ਹੀ ਹੁੰਦਾ। ਇਸ ਮੂਵੀ ਦੇ ਜ਼ਰੀਏ ਵੀ ਤੁਹਾਨੂੰ ਦਾਣਾ ਪਾਣੀ ਮਿਲਿਆ ਹੈ ਨਾ, ਔਰ ਇਸ ਫਿਲਮ ਦੇ ਸ਼ੂਟ ਦੇ ਦੌਰਾਨ ਤੁਹਾਨੂੰ ਕਿੱਥੇ ਕਿੱਥੇ ਦਾਣਾ ਪਾਣੀ ਮਿਲਿਆ ਮੈਂ ਜਾਣਨਾ ਚਾਹੂੰਗਾ। ਇਸ ਫਿਲਮ ਦੀ ਸ਼ੂਟਿੰਗ ਜੀ ਹੋਈ ਹੈ ਪੰਜਾਬ ਦੇ ਵਿੱਚ ਅਤੇ ਹਿਮਾਚਲ ਜੀ ਦੇ ਵਿੱਚ ਅਤੇ ਗੰਗਾਨਗਰ 'ਚ। ਫਿਲਮ ਸਾਡੀ, ਫਿਲਮ ਦਾ ਨਾਂ ਹੀ ਹੈਗਾ ਦਾਣਾ ਪਾਣੀ, 4 ਮਈ ਨੂੰ ਰਿਲੀਜ਼ ਹੋ ਰਹੀ ਹੈ ਜੀ ਵਰਲਡ ਵਾਈਡ। ਅਤੇ ਜਿਵੇਂ ਕਿ ਤੁਹਾਨੂੰ ਪਤਾ ਹੈ ਵੀ ਦਾਣਾ ਪਾਣੀ ਜਿੱਥੇ ਜਿਹੜੇ ਬੰਦੇ ਦਾ ਲਿਖਿਆ ਹੁੰਦਾ ਹੈ ਉਹਨੂੰ ਖਿੱਚ ਕੇ ਆਪੇ ਉਸ ਥਾਂ 'ਤੇ ਲੈ ਕੇ ਜਾਂਦਾ। ਟਾਈਟਲ ਬਹੁਤ ਕੈਚੀ ਹੈ, ਹਰ ਬੰਦੇ ਦੀ ਜ਼ਿੰਦਗੀ ਦੇ ਨਾਲ ਜੁੜਿਆ ਹੋਇਆ। ਆਈਡੀਏਸ਼ਨ ਕਿਹਦੀ ਸੀ? ਜਸ ਗਰੇਵਾਲ, ਮੈਨੂੰ ਲੱਗਦਾ ਜਸ ਅਤੇ ਤਰਨ ਜਗਪਾਲ ਜਿਨ੍ਹਾਂ ਨੇ ਰੱਬ ਦਾ ਰੇਡੀਓ ਬਣਾਈ ਸੀ, ਜਿਨ੍ਹਾਂ ਨੇ ਡਾਇਰੈਕਟ ਕੀਤੀ ਸੀ ਉਹ ਫਿਲਮ, ਉਹਨਾਂ ਦੀ ਆ 2 ਫਿਲਮ ਹੈਗੀ ਹੈ। ਅਤੇ ਜਸ ਗਰੇਵਾਲ ਨੂੰ ਤਾਂ ਸਾਰੇ ਜਾਣਦੇ ਨੇ, ਇੰਨੀਆਂ ਵਧੀਆ ਵਧੀਆ ਫਿਲਮਾਂ ਉਸ ਬੰਦੇ ਨੇ ਦਿੱਤੀਆਂ ਨੇ, ਅਤੇ ਬਹੁਤ ਵਧੀਆ ਰਾਈਟਰ ਹੈ। ਅਤੇ ਆਈਡੀਆ ਇਹਨਾਂ ਦਾ ਹੀ ਸੀਗਾ ਜੀ। ਅੱਛਾ, ਤੁਹਾਡੀਆਂ ਹਰ ਫਿਲਮਾਂ ਦੇ ਵਿੱਚ ਤੁਹਾਡੀ ਵੱਖਰੀ ਲੁੱਕ ਸਾਹਮਣੇ ਆਉਂਦੀ ਹੈ, ਜਿੰਨੀਆਂ ਵੀ ਆਪਾਂ ਫਿਲਮਾਂ ਦੀ ਗੱਲ ਕਰ ਲਈਏ। ਇਸ ਫਿਲਮ ਦੇ ਵਿੱਚ ਥੋੜ੍ਹਾ ਜਿਹਾ ਪੁਰਾਣਾ ਦੌਰ ਕਿਤੇ ਨਾ ਕਿਤੇ ਦੇਖਣ ਨੂੰ ਮਿਲ ਰਿਹਾ, ਕਿੰਨਾ ਕੁ ਚੈਲੇਂਜਿੰਗ ਕੰਮ ਲੱਗਿਆ ਆਪਣੇ ਆਪ ਦੇ ਵਿੱਚ? ਚੈਲੇਂਜਿੰਗ ਤਾਂ ਹੁੰਦਾ ਹੈ ਜੀ, ਪਰ ਕਿਤੇ ਨਾ ਕਿਤੇ ਜਦੋਂ ਡਾਇਰੈਕਟਰ ਨੇ ਰਾਈਟਰ ਨੇ ਵਧੀਆ ਰਿਸਰਚ ਕਰਕੇ ਰੱਖੀ ਹੁੰਦੀ ਹੈ ਅਤੇ ਵਧੀਆ ਤਰੀਕੇ ਨਾਲ ਹਰ ਚੀਜ਼ ਨੂੰ ਡਿਜ਼ਾਈਨ ਕੀਤਾ ਹੁੰਦਾ, ਐਕਟਰ ਲਈ ਉਨਾ ਹੀ ਕੰਮ ਜਿਹੜਾ ਹੈਗਾ ਉਹ ਸੌਖਾ ਹੋ ਜਾਂਦਾ। ਤੁਹਾਡੀਆਂ ਜਿੰਨੀਆਂ ਵੀ ਫਿਲਮਾਂ ਰਹੀਆਂ ਕਿਤੇ ਨਾ ਕਿਤੇ ਜਿਹੜੇ ਟਾਈਟਲ ਨੇ ਸੀਰੀਅਸ ਰਹੇ ਨੇ, ਚਾਹੇ ਧਰਤੀ ਦੀ ਮੈਂ ਗੱਲ ਕਰ ਲਾਂ, ਜਿੰਦੂਆ ਦੀ ਗੱਲ ਕਰ ਲਾਂ, ਔਰ ਹੁਣ ਦਾਣਾ ਪਾਣੀ, ਤੁਸੀਂ ਆਪ ਚਾਹੁੰਦੇ ਹੋ ਕਿ ਇੱਦਾਂ ਦੀਆਂ ਫਿਲਮਾਂ ਹੀ ਮੈਂ ਕਰਾਂ, ਜਾਂ ਫਿਰ ਸਟੋਰੀ ਪਹਿਲਾਂ ਦੇਖਦੇ ਹੋ ਟਾਈਟਲ ਬਾਅਦ 'ਚ ਡਿਸਾਈਡ ਹੋ ਜਾਂਦਾ? ਮੇਰੇ ਮੂਡ 'ਤੇ ਡਿਪੈਂਡ ਕਰਦਾ ਜੀ। ਇਹ ਮੇਰੇ ਕੋਲ ਆਏ ਸੀ, ਇਹਨਾਂ ਨੇ ਮੈਨੂੰ ਇੱਕ ਕਹਾਣੀ ਸੁਣਾਈ, ਇਹਨਾਂ ਨੂੰ ਮੈਂ ਬਹੁਤ ਪਹਿਲਾਂ ਦਾ ਜਾਣਦਾ ਸੀ, ਤਰਨ ਨੂੰ ਵੀ, ਜਸ ਨੂੰ ਵੀ, ਜਸ ਨਾਲ ਤਾਂ ਕਈ ਕਹਾਣੀਆਂ ਦੇ ਉੱਤੇ ਗੱਲ ਹੋ ਰਹੀ ਸੀ ਵੀ ਅਸੀਂ ਆਹ ਕਰੀਏ ਜਾਂ ਉਹ ਕਰੀਏ, ਹੈ ਨਾ, ਡਾਇਰੈਕਟਰਾਂ ਦੇ ਨਾਲ। ਪਰ ਫਿਰ ਉਹ ਆਹ ਵਾਲੀ ਕਹਾਣੀ ਲੈ ਕੇ ਆਏ ਅਤੇ ਮੈਂ ਦਿੱਲੀ ਕਰ ਰਿਹਾ ਸੀ ਸ਼ੂਟਿੰਗ, ਅਤੇ ਮੇਰੇ ਕੋਲ ਪਹੁੰਚੇ, ਪਿਛਲੇ ਸਾਲ ਦੀ ਗੱਲ ਹੈ, ਅਤੇ ਉਹਨਾਂ ਨੇ ਕਹਾਣੀ ਸੁਣਾਈ ਅਤੇ ਮੈਨੂੰ ਨਹੀਂ ਲੱਗਦਾ ਮੈਂ 1 ਵੀ ਲਿੱਤਾ ਹੋਊਗਾ। ਮੈਂ ਕਿਹਾ ਯਾਰ ਇਹ ਤਾਂ ਬਹੁਤ ਵਧੀਆ ਸਕ੍ਰਿਪਟ ਹੈ, ਕੁਛ ਕੋਈ ਤਾਂ ਕੁਛ ਵੱਖਰਾ ਕਰਨ ਦੀ ਕੋਸ਼ਿਸ਼ ਕਰ ਰਿਹਾ। ਸੋ ਮੈਂ ਨਾਲ ਦੀ ਨਾਲ ਓਕੇ ਕਰਤਾ ਅਤੇ ਫਿਰ ਉਸ ਤੋਂ ਬਾਅਦ ਅਸੀਂ ਸ਼ੂਟਿੰਗ ਕੀਤੀ। ਅੱਛਾ, ਟ੍ਰੇਲਰ ਦੇ ਵਿੱਚ ਸਸਪੈਂਸ ਬਹੁਤ ਨੇ, ਕਿਹੜਾ ਐਸਾ ਜੋਨਰ ਰਹੇਗਾ ਜੋ ਖਾਸ ਤੌਰ 'ਤੇ ਨਿਕਲ ਕੇ ਸਾਹਮਣੇ ਆਏਗਾ ਫਿਲਮ ਦੇਖਣ ਤੋਂ ਬਾਅਦ? ਇਹ ਦੇਖੋ ਜੀ, ਬੇਸਿਕਲੀ ਹੈ ਤਾਂ ਫੈਮਿਲੀ ਇਮੋਸ਼ਨਲ ਡਰਾਮਾ ਜਿਹੜਾ ਹੈਗਾ, ਪਰ ਇਹਦੇ ਵਿੱਚ ਇੱਕ ਐਂ ਨਹੀਂ ਹੈਗਾ ਵੀ ਕੋਈ ਹਿਊਮਰ ਨਹੀਂ ਹੈਗਾ, ਹਿਊਮਰ ਹੈਗਾ, ਪਰ ਉਹ ਜਿਵੇਂ ਅਸੀਂ ਕਹਿ ਸਕਦੇ ਵੀ ਹਿੰਦੀ ਫਿਲਮਾਂ ਦੇ ਵਿੱਚ ਅੱਜ ਕੱਲ੍ਹ ਉਹ ਬਹੁਤ ਆ ਗਏ ਵੀ ਸੀਰੀਅਸ ਫਿਲਮ ਹੁੰਦੇ ਹੋਏ ਵੀ ਲੋਕਾਂ ਨੂੰ ਹਰ ਸੀਨ ਦੇ ਵਿੱਚ ਕਈ ਵਾਰੀ ਹਾਸਾ ਆਉਂਦਾ ਜਾਂ ਇੰਜੋਏ ਕਰਦੇ ਹੋ, ਉਹ ਹਿਊਮਰ ਕਰਕੇ ਆਉਂਦਾ, ਸਿਚੁਏਸ਼ਨ ਕਰਕੇ ਆਉਂਦਾ, ਨਾ ਕਿ ਸਲੈਪਸਟਿਕ। ਇੱਕ ਟਾਈਮ 'ਤੇ ਬੋਲੀਵੁੱਡ ਦੇ ਵਿੱਚ ਵੀ ਬਹੁਤ ਸਲੈਪਸਟਿਕ ਚੱਲਦੀ ਹੁੰਦੀ ਸੀ, ਆਪਣਾ ਜਿਹੜੀਆਂ ਪਹਿਲਾਂ ਕੋਮੇਡੀ ਫਿਲਮਾਂ ਆਉਂਦੀਆਂ ਸੀਗੀਆਂ, ਪਰ ਹੁਣ ਤੁਸੀਂ ਜੇ ਦੇਖੋਗੇ ਤਨੂ ਵੇਟਸ ਮੰਨੂ ਜਾਂ ਕੋਈ ਵੀ ਇਹੋ ਜਿਹੀ ਫਿਲਮਾਂ ਦੇਖੋ, ਤਨੂ ਵੇਟਸ ਮੰਨੂ ਪਾਰਟ 2 ਸਪੈਸ਼ਲੀ, ਹੈਪੀ ਭਾਗ ਜਾਏਗੀ। ਇਹ ਸਿਚੁਏਸ਼ਨਲ ਫਿਲਮਾਂ ਨੇ, ਇਹਦੇ ਵਿੱਚ ਕੋਈ ਓਵਰ ਐਕਟਿੰਗ ਨਹੀਂ ਕਰ ਰਿਹਾ, ਕੋਈ ਸਲੈਪਸਟਿਕ ਨਹੀਂ ਕਰ ਰਿਹਾ, ਕਹਾਣੀ ਦੇ ਹਿਸਾਬ ਨਾਲ ਸਾਰੇ ਕਿਰਦਾਰ ਜਾ ਰਹੇ ਨੇ, ਕੋਈ ਕਿਰਦਾਰ ਕਿਸੇ ਨਾਲ ਔਖਾ ਹੋਇਆ ਹੈ, ਉਹ ਕੋਈ ਗੱਲ ਕਰਦਾ ਤੁਹਾਨੂੰ ਹਾਸਾ ਆਉਂਦਾ, ਕਿਉਂਕਿ ਸਿਚੁਏਸ਼ਨ 'ਤੇ ਹਾਸਾ ਆ ਰਿਹਾ, ਡਾਇਲੋਗਸ 'ਤੇ ਹਾਸਾ ਆ ਰਿਹਾ, ਸੋ ਉਹ ਹਿਊਮਰ ਵੀ ਹੈਗਾ। ਸੋ ਬਟ ਇੱਕ ਬਹੁਤ ਰੀਅਲਿਸਟਿਕ ਤਰੀਕੇ ਨਾਲ ਹੈਗਾ। ਫਿਲਮ ਦਾ ਕੋਈ ਐਸਾ ਸੀਨ, ਐਸਾ ਸ਼ਾਟ ਜੋ ਪਹਿਲਾਂ ਤੁਸੀਂ ਐਕਸਪੈਕਟ ਨਹੀਂ ਸੀ ਕੀਤਾ, ਐਡੀਟਿੰਗ ਤੋਂ ਬਾਅਦ ਜਦੋਂ ਸਾਹਮਣੇ ਨਿਕਲ ਕੇ ਆਈ, ਇੱਕ ਪ੍ਰੀਵਿਊ ਤੁਹਾਨੂੰ ਦਿਖਾਇਆ, ਕਿਹੜਾ ਐਸਾ ਸ਼ਾਟ ਸੀ ਜਿਹੜਾ ਬਾਅਦ 'ਚ ਤੁਹਾਨੂੰ ਪਤਾ ਲੱਗਿਆ ਪਹਿਲਾਂ ਐਕਸਪੈਕਟੇਸ਼ਨ ਨਹੀਂ ਸੀ ਉਸ ਸ਼ਾਟ ਤੋਂ? ਨਹੀਂ ਜੀ, ਪਤਾ ਹੁੰਦਾ, ਐਜ਼ ਐਨ ਐਕਟਰ ਹੁਣ ਇੰਨੇ ਸਾਲ ਹੋ ਗਏ ਨੇ, ਹੁਣ ਪਤਾ ਹੀ ਹੁੰਦਾ ਵੀ ਕੀ ਕਿਹੋ ਜਿਹਾ ਆਊਗਾ, ਕਿਵੇਂ
ਕਰਨ ਲੱਗੇ ਕਈ ਵਾਰੀ ਐਂ ਹੋ ਜਾਂਦਾ। ਹੁਣ ਜਿਵੇਂ ਅਸੀਂ ਇੱਕ ਥਾਂ 'ਤੇ ਹਿਮਾਚਲ 'ਚ ਸ਼ੂਟ ਕਰ ਰਹੇ ਸੀ ਜਿੱਥੇ ਇਹ ਫਿਲਮ ਪੀਰੀਅਡ ਹੈਗੀ ਹੈ 1960 ਦੇ ਨੇੜੇ ਤੇੜੇ ਦੀ, ਸੋ ਇਹਦੇ ਵਿੱਚ ਓਬਵੀਅਸਲੀ 2017 ਦਾ ਵੀ ਪੋਰਸ਼ਨ ਹੈ, ਫਿਰ 1960 ਦੇ ਨੇੜੇ ਤੇੜੇ ਦਾ ਵੀ ਪੋਰਸ਼ਨ ਹੈ ਜਦੋਂ ਇੰਡੀਆ ਦੀ ਵਾਰ ਹੋਈ ਸੀ ਚਾਈਨਾ ਦੇ ਨਾਲ ਅਤੇ ਅਸੀਂ ਹਾਰ ਗਏ ਸੀ, ਅਤੇ ਉਸ ਤੋਂ ਬਾਅਦ ਦੇ ਪੀਰੀਅਡ ਦੀ ਕਹਾਣੀ ਹੈ। ਅਤੇ ਇੱਕ ਫੌਜੀ ਆਪ ਦੇ ਪਿੰਡ ਵਾਪਸ ਆਉਂਦਾ ਹੈ, ਕਿਵੇਂ ਉਹਦਾ ਦਾਣਾ ਪਾਣੀ ਉਹਨੂੰ ਇੱਕ ਕਿਸੇ ਹੋਰ ਪਿੰਡ ਲੈ ਕੇ ਜਾਂਦਾ ਹੈ, ਫਿਰ ਉਸ ਤੋਂ ਅੱਗੇ ਇੱਕ ਹੋਰ ਪਿੰਡ ਲੈ ਕੇ ਜਾਂਦਾ ਹੈ, ਅਤੇ ਅੱਗੇ ਹੋਰ ਕੀ ਹੁੰਦਾ ਹੈ, ਉਹ ਉਸ ਟਾਈਪ ਦੀ ਕਹਾਣੀ ਹੈ ਇਹ। ਸੋ ਮੈਨੂੰ ਐਂ ਲੱਗਦਾ ਵੀ ਇੱਕ ਥਾਂ 'ਤੇ ਜਦੋਂ ਅਸੀਂ ਹਿਮਾਚਲ 'ਚ ਸ਼ੂਟ ਕਰ ਰਹੇ ਸੀ, ਜਿਹੜੀ ਥਾਂ 'ਤੇ ਸਾਨੂੰ ਐਂ ਲੱਗਦਾ ਸੀਗਾ ਵੀ ਰੋਹਤਾਂਗ ਪਾਸ ਦੇ ਨੇੜੇ ਤੇੜੇ ਸਾਨੂੰ ਜਿਹੋ ਜਿਹੀ ਲੋਕੇਸ਼ਨ ਚਾਹੀਦੀ ਹੈ ਉਹ ਮਿਲ ਜੂਗੀ, ਪਰ ਉਹ ਮਿਲੀ ਨਹੀਂ ਸੀਗੀ ਕਿਉਂਕਿ ਉੱਥੇ ਬਰਫ਼ ਨਹੀਂ ਸੀਗੀ। ਫਿਰ ਇਹਨਾਂ ਨੇ ਕਿਸੇ ਤਰੀਕੇ ਨਾਲ ਇੱਕ ਥਾਂ ਲੱਭੀ ਜਿਹਦੀ ਪਤਾ ਨਹੀਂ ਕਿਵੇਂ ਇਹਨਾਂ ਨੇ ਪਰਮਿਸ਼ਨ ਲਿੱਤੀ, ਕਿਉਂਕਿ ਉਹ ਕਿਸੇ ਬਹੁਤ ਵੱਡੇ ਹਾਈਡਰੋ ਪ੍ਰੋਜੈਕਟ ਦਾ ਕੁਛ ਉੱਥੇ ਉਹ ਚੱਲ ਰਿਹਾ ਸੀ, ਕੰਸਟਰਕਸ਼ਨ ਹੋ ਰਹੀ ਸੀ, ਸਾਰਾ ਕੁਛ ਹੋ ਰਿਹਾ ਸੀ। ਉਸ ਤੋਂ ਅੱਗੇ 2.5 ਘੰਟੇ ਲੱਗਦੇ ਸਾਨੂੰ ਉਸ ਲੋਕੇਸ਼ਨ 'ਤੇ ਪਹੁੰਚਣ ਲਈ। ਇੱਕ ਛੋਟੀ ਗੱਡੀ ਜਾ ਸਕਦੀ ਹੈ, ਕੋਈ ਵੱਡੀ ਗੱਡੀ ਨਹੀਂ ਜਾ ਸਕਦੀ, ਸੋ ਕੋਈ ਵੈਨਿਟੀ ਵੈਨ ਨਹੀਂ, ਕੋਈ ਕੁਛ ਨਹੀਂ। ਉੱਥੇ ਸਵੇਰੇ ਸਵੇਰੇ ਅਸੀਂ ਨਿਕਲ ਜਾਂਦੇ ਹੁੰਦੇ ਸੀ, 7 ਵਜੇ ਅਸੀਂ ਪਹਿਲਾਂ ਸ਼ੋਟ ਲੈ ਲੈਂਦੇ ਸੀ ਧੁੱਪ ਉਦੋਂ ਤੱਕ, ਬਿਕੋਜ਼ ਉਹ ਟੋਪ ਦੇ ਉੱਤੇ ਸੀਗਾ, ਧੁੱਪ ਆ ਜਾਂਦੀ ਸੀ ਛੇਤੀ, ਐਂਡ 6 ਵਜੇ ਸਾਡਾ ਪੈਕਅਪ ਹੁੰਦਾ ਸੀ। ਸੋ 11-12 ਘੰਟੇ ਜਿਹੜੇ ਉੱਥੇ ਤੁਸੀਂ ਕੰਮ ਕਰਨਾ ਹੁੰਦਾ ਸੀ ਜਿਹੜਾ, ਅਤੇ ਉਸ ਤੋਂ ਇਲਾਵਾ 2.5 ਘੰਟੇ ਜਾਣ ਦੇ ਆਉਣ ਦੇ, ਉਹ ਬਹੁਤ ਔਖਾ ਸੀ ਇੱਕ ਤਰੀਕੇ ਨਾਲ, ਕਿਉਂਕਿ ਤੁਸੀਂ ਲਾ ਲਓ 5-6 ਦਿਨ 7 ਦਿਨ ਲਗਾਤਾਰ ਉੱਥੇ ਕੰਮ ਕਰਨਾ, ਅਤੇ -16-17 ਦਾ ਟੈਂਪਰੇਚਰ, ਅਤੇ ਉਹ ਥਾਂ ਇਸ ਕਰਕੇ ਇਹਨਾਂ ਨੇ ਚੂਜ਼ ਕੀਤੀ ਸੀ ਵੀ 1960s ਦੇ ਵਿੱਚ ਤੁਹਾਨੂੰ ਕੋਈ ਵੀ ਕੰਸਟਰਕਸ਼ਨ ਨਹੀਂ, ਕੋਈ ਕੁਛ ਨਹੀਂ ਦਿਸਦਾ ਹੁੰਦਾ ਸੀ ਜੀ। ਹਾਲਾਤ ਇਹੋ ਜਿਹੇ ਸੀਗੇ ਵੀ ਈਵਨ ਜਿਹੜੇ ਫੌਜੀ ਹੁੰਦੇ ਸੀਗੇ ਉਹਨਾਂ ਦੇ ਕੋਲ ਇਕਵਿਪਮੈਂਟ ਵੀ ਮਾਡਰਨ ਨਹੀਂ ਹੁੰਦਾ ਸੀਗਾ, ਸੋ ਉਦੋਂ ਜਾਣੀ ਜੈਕਟਾਂ ਜੁਕਟਾਂ ਵੀ ਆਮ ਫੌਜੀ ਕੋਲ ਜੈਕਟ ਨਹੀਂ ਹੁੰਦੀ ਸੀ, ਸਵੈਟਰ ਹੀ ਹੁੰਦਾ ਸੀ, ਉਹ ਇੰਨਾ ਕੁ ਰੀਅਲਿਸਟਿਕ ਇਹਨਾਂ ਨੇ ਦਿਖਾਇਆ ਸਾਰਾ ਕੁਛ। ਸੋ ਉਹੋ ਜਿਹੇ ਟੈਂਪਰੇਚਰ ਦੇ ਵਿੱਚ ਅਸੀਂ ਸਿਰਫ ਇੱਕ ਸਵੈਟਰ ਪਾਇਆ ਹੋਇਆ ਅਤੇ ਉਹ ਚੜ੍ਹ ਰਿਹਾ ਉੱਤੇ ਸਾਰਾ ਕੁਛ, ਪਰ ਵਧੀਆ ਸੀ। ਹੁਣ ਜਦੋਂ ਸੋਚਦੇ ਹੋ ਉਹਦੇ ਬਾਰੇ, ਵਧੀਆ ਵੱਖਰਾ ਐਕਸਪੀਰੀਅੰਸ ਸੀ। ਅੱਛਾ ਭਾਅ ਜੀ, ਇੰਨੀਆਂ ਫਿਲਮਾਂ ਕਰ ਲਈਆਂ, ਪੰਜਾਬੀ ਸਿਨੇਮਾ ਵਿੱਚ ਵੀ ਆਪਣੀ ਧਾਕ ਹੈ ਪੂਰੀ, ਔਰ ਬਾਲੀਵੁੱਡ ਦੀਆਂ ਵੀ ਫਿਲਮਾਂ ਕਰ ਲਈਆਂ, ਹੁਣ ਕੀ ਲੱਗਦਾ ਕਿ ਕਿਤੇ ਨਾ ਕਿਤੇ ਪੰਜਾਬੀ ਸਿਨੇਮਾ 'ਚ ਕੰਮ ਕਰਨਾ ਚੈਲੇਂਜਿੰਗ ਹੋ ਰਿਹਾ ਜਾਂ ਫਿਰ ਬਾਲੀਵੁੱਡ ਦੇ ਵਿੱਚ? ਨਹੀਂ, ਬਾਲੀਵੁੱਡ ਦੇ ਵਿੱਚ ਤਾਂ ਪਿਛਲੇ ਕਈ ਸਾਲਾਂ ਤੋਂ ਕੁਛ ਵਧੀਆ ਹੀ ਨਿਕਲ ਕੇ ਆ ਰਿਹਾ ਹੈ, ਕੌਨਸੈਪਟ ਯੇ ਉਹ ਸਾਰਾ ਕੁਛ ਵਧੀਆ ਹੁੰਦਾ ਹੈ ਅੱਜ ਕੱਲ੍ਹ, ਕੁਛ ਨਾ ਕੁਛ ਵੱਖਰਾ ਉਹ ਲੈ ਕੇ ਆਉਂਦਾ ਹਰ ਬੰਦਾ ਫਿਲਮਾਂ ਦੇ ਵਿੱਚ। ਇੱਕ ਪਾਸੇ ਤੁਹਾਡੀ ਨੋਰਮਲ ਕਮਰਸ਼ੀਅਲ ਫਿਲਮਾਂ ਹੈਗੀਆਂ ਨੇ ਜਿਹੜੀਆਂ ਕਿ ਟਿਪੀਕਲ ਸੌਂਗ ਡਾਂਸ ਐਕਸ਼ਨ ਸਿਟੀ ਮਾਰ ਟਾਈਪ, ਅਤੇ ਇੱਕ ਪਾਸੇ ਜਿਹੜੀ ਪਰਸੈਂਟੇਜ ਹੈ ਤੁਹਾਡੀ ਦੂਜੀ ਫਿਲਮਾਂ ਦੀ ਉਹ ਵੱਧਦੀ ਜਾ ਰਹੀ ਹੈ। ਹੁਣ ਕੋਈ ਨਾ ਕੋਈ ਕੁਛ ਵੱਖਰਾ ਲੈ ਕੇ ਆ ਰਿਹਾ, ਕੋਈ ਡਿਫਰੈਂਟ ਕੌਨਸੈਪਟ ਲੈ ਕੇ ਆ ਰਿਹਾ, ਹਰ ਬੰਦਾ ਭਾਵੇਂ ਨਵਾਂ ਡਾਇਰੈਕਟਰ ਹੋਵੇ ਪੁਰਾਣਾ ਹੋਵੇ ਕੁਛ ਨਾ ਕੁਛ ਅੱਡ ਕਰਨ ਦੀ ਕੋਸ਼ਿਸ਼ ਕਰ ਰਿਹਾ। ਸੋ ਉਹੀ ਗੱਲ ਮੈਂ ਕਹਿ ਰਿਹਾ ਵੀ ਇਹਨਾਂ ਦੀ ਖਾਸੀਅਤ ਇਹ ਹੈ ਕਿ ਵੀ ਇਹਨਾਂ ਨੇ ਇਸ ਤੋਂ ਪਹਿਲਾਂ ਰੱਬ ਦਾ ਰੇਡੀਓ ਬਣਾਈ ਸੀ ਜਿਹੜਾ ਕਿ ਬਹੁਤ ਹੀ ਡਿਫਰੈਂਟ ਕੌਨਸੈਪਟ ਸੀ, ਪਰ ਇਹ ਬਹੁਤ ਜ਼ਿਆਦਾ ਡਿਫਰੈਂਟ ਕੌਨਸੈਪਟ ਹੈ। ਇੱਕ ਕਹਾਣੀ ਪੀਰੀਅਡ ਉਹਦੇ ਉੱਤੋਂ ਉਸ ਕਹਾਣੀ ਨੂੰ ਸੁਣਾਉਣ ਦਾ ਇੱਕ ਵੱਖਰਾ ਤਰੀਕਾ। ਅੱਛਾ, ਸਿੰਮੀ ਚਾਹਲ ਦਾ ਕੋਈ ਐਸਾ ਸੀਕ੍ਰੇਟ ਜੋ ਤੁਹਾਨੂੰ ਪਤਾ ਲੱਗਿਆ ਸ਼ੂਟ ਦੇ ਦੌਰਾਨ, ਜੋ ਤੁਸੀਂ ਦੱਸਣਾ ਚਾਹੋਗੇ, ਜੋ ਕਿਸੇ ਨੂੰ ਨਹੀਂ ਪਤਾ? ਇੰਨਾ ਜ਼ਿਆਦਾ ਇੰਟਰੈਕਸ਼ਨ ਨਹੀਂ ਸੀਗਾ ਜੀ ਮੇਰਾ ਉਹਨਾਂ ਦੇ ਨਾਲ, ਨਹੀਂ ਤਾਂ ਨੋਰਮਲੀ ਕੀ ਹੁੰਦਾ ਵੀ ਕਈ ਥਾਵਾਂ 'ਤੇ ਇਹ ਫਿਲਮ ਪਤਾ ਕਿ ਜੀ 1960s ਦੇ ਵਿੱਚ ਨਾ ਇੱਕ ਬੜਾ ਅਨਸੈਡ ਜਿਹਾ ਰੋਮਾਂਸ ਹੁੰਦਾ ਸੀਗਾ, ਕੋਈ ਜਾਣੀ ਉਹ ਨਹੀਂ ਕਰ ਸਕਦਾ ਸੀ ਵੀ ਹੁਣ ਆਪਣੀ ਫਿਲਮਾਂ ਦੇ ਵਿੱਚ ਤਾਂ ਹੱਥ ਫੜ ਕੇ ਗਾਣੇ ਗਾ ਰਹੇ ਹਾਂ, ਆਹ ਸਾਰਾ ਕੁਛ ਚੱਲ ਰਿਹਾ ਨਾ, ਉਹ ਨਹੀਂ ਹੁੰਦਾ ਸੀ ਜੀ। ਗਾਣਾ ਤਾਂ ਜਾਣੀ ਇੱਕ ਤਰੀਕੇ ਨਾਲ ਬੈਕਗਰਾਊਂਡ 'ਚ ਹੀ ਹੁੰਦਾ ਸੀਗਾ ਵੀ ਕੁੜੀ ਆਈ, ਉਹਨੇ ਦੂਰੋਂ ਦੇਖਿਆ, ਉਹ ਨਿਕਲ ਗਈ, ਲੰਘ ਗਈ, ਉਹ ਕੁਛ ਦੂਰੋਂ ਹੀ ਕਹਿ ਕੇ ਚਲੀ ਗਈ, ਅਤੇ ਕੋਈ ਫਿਜ਼ੀਕਲ ਕੰਟੈਕਟ ਨਹੀਂ ਹੁੰਦਾ ਸੀਗਾ, ਕੋਈ ਕੁਝ ਨਹੀਂ ਹੁੰਦਾ ਸੀਗਾ। ਸੋ ਉਸ ਟਾਈਪ ਦਾ ਜਿਹੜਾ ਮਾਹੌਲ ਕ੍ਰੀਏਟ ਕੀਤਾ ਹੋਇਆ ਸੀਗਾ ਇਸ ਫਿਲਮ ਦੇ ਵਿੱਚ, ਉਹ ਬਹੁਤ ਹੀ ਵਧੀਆ, ਮੈਨੂੰ ਲੱਗਦਾ ਲੋਕਾਂ ਨੂੰ ਵਧੀਆ ਵੀ ਲੱਗੂਗਾ, ਕਿਉਂਕਿ ਉਹ ਚੀਜ਼ਾਂ ਜਿਹੜੀਆਂ ਹੈਗੀਆਂ ਬਜ਼ੁਰਗਾਂ ਨੂੰ ਵੀ, ਸਾਡਿਆਂ ਨੂੰ ਉਹ ਕਿਸੇ ਨਾ ਕਿਸੇ ਤਰੀਕੇ ਨਾਲ ਉਹਨਾਂ ਨੂੰ ਆਪਦੀਆਂ ਜਿਹੜੀਆਂ ਪੁਰਾਣੀਆਂ ਯਾਦਾਂ ਨੇ ਉਹ ਆ ਜਾਣਗੀਆਂ, ਐਵੇਂ ਉਹ ਤਾਜ਼ੀਆਂ ਹੋ ਜਾਣਗੀਆਂ, ਕਿਉਂਕਿ ਉਹ ਸਾਰਾ ਕੁਛ ਇਹਨਾਂ ਨੇ ਮੇਨਟੇਨ ਕੀਤਾ ਫਿਲਮ ਦੇ ਵਿੱਚ। ਸੋ ਮੇ ਬੀ ਉਸ ਕਰਕੇ ਇੰਨਾ ਇੰਟਰੈਕਸ਼ਨ ਨਹੀਂ ਹੋਇਆ,
ਕਿਸੇ ਤਰੀਕੇ ਨਾਲ, ਕਿਉਂਕਿ ਹਰ ਬੰਦਾ ਆਪਣੇ ਆਪਣੇ ਸੀਨ ਦੇ ਵਿੱਚ ਹੁੰਦਾ ਸੀਗਾ ਸਾਰਾ ਕੁਛ। ਸੋ ਹਾਂਜੀ। ਅੱਛਾ, ਆਉਣ ਵਾਲੇ 2 ਸਾਲਾਂ ਦੇ ਵਿੱਚ ਪੰਜਾਬੀ ਸਿਨੇਮਾ ਨੂੰ ਤੁਸੀਂ ਕਿੱਥੇ ਦੇਖਦੇ ਹੋ? ਪੰਜਾਬੀ ਐਕਸਪੈਰੀਮੈਂਟ ਬਹੁਤ ਹੋ ਰਹੇ ਨੇ। ਪੰਜਾਬੀ ਸਿਨੇਮਾ ਇਸ ਵੇਲੇ ਟੈਕਨੀਕਲੀ ਅਤੇ ਬਾਕੀ ਸਾਰੇ ਪਾਸਿਓਂ ਤਾਂ ਵਧੀਆ ਹੋ ਗਿਆ ਇਸ ਵੇਲੇ। ਕੰਟੈਂਟ ਵੀ ਹੁਣ ਹੌਲੀ ਹੌਲੀ ਕਰਕੇ ਲੋਕ ਕੱਢ ਕੇ ਲੈ ਕੇ ਆ ਰਹੇ ਨੇ। ਹੁਣ ਜੇ ਦਾਣਾ ਪਾਣੀ ਵਰਗੀ ਫਿਲਮ ਜਿਹੜੀ ਹੈਗੀ ਹੈ, ਜਿਹੜੀ ਕਿ ਇੱਕ ਕਹਾਣੀ ਜਿਹਦੇ ਨਾਲ ਹਰ ਬੰਦਾ ਰਿਲੇਟ ਕਰ ਸਕਦਾ, ਪਰ ਉਸ ਕਹਾਣੀ ਨੂੰ ਸੁਣਾਉਣ ਦਾ ਇੱਕ ਵੱਖਰਾ ਤਰੀਕਾ, ਹੁਣ ਇਹੋ ਜਿਹੇ ਕੋਨਸੈਪਟ ਜੇ ਹੋਰ ਲੋਕ ਲੈ ਕੇ ਆਉਣਗੇ ਅਤੇ ਜੇ ਆਡੀਅੰਸ ਨੂੰ ਇਹੋ ਜਿਹੇ ਜਿਹੜੇ ਆਪਣੇ ਕੋਨਸੈਪਟ ਹੈਗੇ ਚੰਗੇ ਲੱਗਣਗੇ, ਉਹਨਾਂ ਦਾ ਵਧੀਆ ਰਿਸਪੋਂਸ ਮਿਲੂਗਾ, ਫਿਰ ਮੈਨੂੰ ਲੱਗਦਾ ਹੁਣ ਲੋਕ, ਕਿਉਂਕਿ ਹੁਣ ਨਾ ਨੋਰਮਲੀ ਹੁੰਦਾ ਕੀ ਹੈ, ਕੋਈ ਬੰਦਾ ਵੀ ਜਦੋਂ ਫਿਲਮ ਦੇ ਬਾਰੇ ਸੋਚਦਾ ਹੈ ਕਹਿੰਦਾ ਯਾਰ ਆਪਾਂ ਤਾਂ ਕੌਮੇਡੀ ਬਣਾਈਏ ਯਾਰ, ਹੈ ਨਾ, ਵੀ ਸੇਫ ਹੋ ਜਾਵਾਂਗੇ, ਲੋਕਾਂ ਨੂੰ ਪਸੰਦ ਆਊਗੀ। ਪਰ ਮੈਨੂੰ ਐਂ ਲੱਗਦਾ ਵੀ ਆਡੀਅੰਸ ਕਿਤੇ ਨਾ ਕਿਤੇ ਚਾਹੁੰਦੀ ਹੈ ਵੀ ਕੁਛ ਡਿਫਰੈਂਟ ਲੈ ਕੇ ਆਓ। ਰੱਬ ਦਾ ਰੇਡੀਓ ਹੁਣ ਲੋਕਾਂ ਨੇ ਇੰਨੀ ਲਾਈਕ ਕੀਤੀ ਸੀ ਸਾਰਾ ਕੁਛ, ਇੰਨਾ ਵਧੀਆ ਬਾਕਸ ਆਫਿਸ ਸੀਗਾ ਉਹਦਾ, ਰਿਸਪੋਂਸ ਇੰਨਾ ਵਧੀਆ ਸੀ, ਅਤੇ ਉਸ ਤੋਂ ਪਹਿਲਾਂ ਅੰਗਰੇਜ਼, ਇਹ ਸਾਰੀਆਂ ਫਿਲਮਾਂ, ਅਤੇ ਅਮਰਿੰਦਰ ਹੋਰੀ ਜਿਹੜੀਆਂ ਫਿਲਮਾਂ ਬਣਾਉਂਦੇ ਨੇ, ਕੁਛ ਡਿਫਰੈਂਟ ਕਰਨ ਦੀ ਕੋਸ਼ਿਸ਼ ਕਰਦੇ ਨੇ, ਪਰ ਉਹ ਵੀ ਹੌਲੀ ਹੌਲੀ ਕਰ ਰਹੇ ਨੇ। ਸੋ ਮੈਨੂੰ ਐਂ ਲੱਗਦਾ ਵੀ ਜੇ ਕਿਤੇ ਬਾਈ ਚਾਂਸ ਹੁਣ ਇਹੋ ਜਿਹੀਆਂ ਫਿਲਮਾਂ ਜਿਹੜੀਆਂ ਹੈਗੀਆਂ ਨੇ, ਇਹਨਾਂ ਨੂੰ ਰਿਸਪੋਂਸ ਹੋਰ ਵਧੀਆ ਮਿਲਣਾ ਸਟਾਰਟ ਹੋ ਗਿਆ, ਤਾਂ ਫਿਰ ਹੋਰ ਵੱਖਰੇ ਕੋਨਸੈਪਟ ਲੋਕ ਲੈ ਕੇ ਆਉਣਗੇ। ਕਹਾਣੀਆਂ ਤਾਂ ਹੈਗੀਆਂ ਨੇ ਲੋਕਾਂ ਕੋਲ, ਪਰ ਡਰਦੇ ਨੇ ਮੈਨੂੰ ਲੱਗਦਾ। ਅੱਛਾ ਭਾਅ ਜੀ, ਗੱਲਾਂ ਬਾਤਾਂ ਫਿਲਮ ਬਾਰੇ ਬਹੁਤ ਸਾਰੀਆਂ ਆਪਾਂ ਕਰ ਲਈਆਂ, ਭਾਈ ਜਿਹੜੇ ਤੁਹਾਨੂੰ ਦੇਖ ਰਹੇ ਨੇ ਸੁਣ ਰਹੇ ਆ, ਕੀ ਕਹਿਣਾ ਚਾਹੋਗੇ? ਮੈਂ ਤਾਂ ਇਹੀ ਕਹੂੰਗਾ ਜੀ, ਥੈਂਕ ਯੂ ਜੋ ਪਿਆਰ ਤੁਸੀਂ ਸਾਨੂੰ ਦਿੰਦੇ ਹੋ, ਜੋ ਮਾਣ ਸਾਨੂੰ ਬਖਸ਼ਦੇ ਹੋ ਉਹਦੇ ਲਈ ਥੈਂਕ ਯੂ ਸੋ ਮੱਚ। ਤੁਸੀਂ ਸਪੋਰਟ ਕਰਦੇ ਹੋ ਸਾਡੀ ਪੰਜਾਬੀ ਫਿਲਮਾਂ ਨੂੰ। ਸਾਡੀ ਫਿਲਮ ਆ ਰਹੀ ਹੈ ਦਾਣਾ ਪਾਣੀ 4 ਮਈ ਨੂੰ, ਜੇ ਟ੍ਰੇਲਰ ਦੇਖਿਆ, ਜੇ ਗਾਣੇ ਦੇਖੇ ਨੇ, ਜੇ ਤੁਹਾਨੂੰ ਪਸੰਦ ਆ ਰਹੇ ਨੇ, ਪੂਰੀ ਆਪਣੀ ਫੈਮਿਲੀ ਨੂੰ ਲੈ ਕੇ ਜਾਓ, ਅਤੇ ਜਿਨ੍ਹਾਂ ਨੇ ਨਹੀਂ ਦੇਖਿਆ ਟ੍ਰੇਲਰ ਪਲੀਜ਼ ਦੇਖੋ ਅਤੇ ਗਾਣੇ ਦੇਖੋ। ਮੈਂ ਉਮੀਦ ਕਰਦਾ ਵੀ ਤੁਹਾਨੂੰ ਜ਼ਰੂਰ ਪਸੰਦ ਆਊਗਾ, ਅਤੇ ਤੁਸੀਂ ਜ਼ਰੂਰ ਆਪਣੀ ਫੈਮਿਲੀ ਨੂੰ ਲੈ ਕੇ 4 ਤਰੀਕ ਨੂੰ ਜਾ ਕੇ ਫਿਲਮ ਦੇਖ ਕੇ ਆਉਂਗੇ। ਬਹੁਤ ਚੰਗਾ ਲੱਗਿਆ ਭਾਈ ਤੁਹਾਡੇ ਨਾਲ ਗੱਲਬਾਤ ਕਰਕੇ। ਉਮੀਦ ਕਰਦੇ ਹਾਂ ਤੁਹਾਡੀ ਫਿਲਮ ਸੁਪਰ ਡੁਪਰ ਹਿੱਟ ਜਾਵੇ। ਮੈਂ ਜ਼ਰੂਰ ਜਾਊਂਗਾ, ਸਾਰੇ ਕਹਿੰਦੇ ਹੁੰਦੇ ਆ ਸੁਪਰ ਡੁਪਰ ਹਿੱਟ ਜਾਵੇ, ਲੇਕਿਨ ਜਾਂਦਾ ਕੋਈ ਕੋਈ ਹੈ, ਲੇਕਿਨ ਮੈਂ ਪਰਸਨਲੀ ਜਾਊਂਗਾ ਜ਼ਰੂਰ। ਪਲੀਜ਼ ਜਾਇਓ ਜੀ, ਮਿਹਰਬਾਨੀ। ਥੈਂਕ ਯੂ ਸੋ ਮੱਚ। ਅਤੇ ਮੈਂ ਕਿਹਾ ਤੁਸੀਂ ਦੇਖਦੇ ਰਹੋ, ਸੁਣਦੇ ਰਹੋ 94.3 ਮਾਈ ਐਫਐਮ। ਚਲੋ ਅੱਜ ਕੁਛ ਅੱਛਾ ਸੁਣਦੇ ਹਾਂ। ਹੋ ਰਿਹਾ